ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 18 ਜਨਵਰੀ ਉਹ ਦਿਨ ਹੈ ਜੀ ਜਦੋਂ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਜਨਮ ਦਿਨ ਦੀਆਂ ਵਧਾਈਆਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ ਸੋ ਅਸੀਂ ਵੀ ਉਹਨਾਂ ਨੂੰ ਵਧਾਈਆਂ ਤੇ ਮੁਬਾਰਕਬਾਦ ਦਿੰਨੇ ਆ ਜੀ ਸੋ ਪ੍ਰਮਾਤਮਾ ਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਜੇਲ੍ਹ ਚੋਂ ਉਹਨਾਂ ਦੀ ਰਿਹਾਈ ਬਖਸ਼ੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਬਖਸ਼ੇ ਜਿੰਨੇ ਵੀ ਪੁਰਾਣੇ ਆ ਜਾਂ ਹੁਣ ਨਵੇਂ ਨੇ ਹਰੇਕ ਦੀ ਜਿਹੜੀ ਹੈ ਉਹ ਰਿਹਾਈ ਹੋਵੇ ਆਪੋ ਆਪਣੇ ਸਾਰੇ ਘਰ ਆ ਜਾਣ ਤੇ ਉਹਨਾਂ ਨੂੰ ਸੇਵਾ ਕਰਨ ਦਾ ਸਤਿਗੁਰੂ ਜੀ ਬਲ ਬਖਸ਼ਿਸ਼ ਕਰਨਾ ਸੋ ਜਨਮ ਦਿਹਾੜਾ ਉਹਨਾਂ ਦਾ ਮਨਾਇਆ ਜਾ ਰਿਹਾ ਸੋ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਦਾ ਸੋ ਜੇਲ ਦੇ ਵਿੱਚੋਂ ਉਹਨਾਂ ਨੇ ਇੱਕ ਮੈਸੇਜ ਦਿੱਤਾ ਹੈ ਮੈਂ ਬੇਨਤੀ ਕਰਾਂ ਲੋਕ ਹੋਰ ਵੀ ਆਪਣੇ ਜਨਮ ਦਿਨ ਮਨਾਉਂਦੇ ਨੇ ਲੋਕ ਹੋਰ ਵੀ ਜਨਮ ਦਿਨ ਆਪਣਾ ਵੱਖੋ ਵੱਖਰੇ ਢੰਗਾਂ ਨਾਲ ਮਨਾਉਂਦੇ ਨੇ ਪਰ ਉਸ ਬੰਦੇ ਨੇ ਜੀਤੇ ਐਨਐਸਏ ਲੱਗਿਆ ਹੋਇਆ ਹੈ ਡੀਬਰੂਗੜ ਜੇਲ੍ਹ ਦੇ ਵਿੱਚ ਉਹ ਬੰਦਾ ਬੰਦ ਹੈ ਤੇ ਉਹ ਫਿਰ ਵੀ ਕੌਮ ਦੀ ਚਿੰਤਾ ਕਰ ਰਿਹਾ ਲੋਕੋ ਹਲੇ ਵੀ ਮੈਂ ਕਹਿੰਦਾ ਸੰਭਲੋ ਉਸ ਹੀਰੇ ਨੂੰ ਨਹੀਂ ਤੇ ਉਹ ਦਿਨ ਫਿਰ ਦੂਰ ਨਹੀਂ ਜਦੋਂ ਅਸੀਂ ਫਿਰ ਬਰਸੀਆਂ ਤੇ ਇਕੱਠ ਤੇ ਬਹੁਤ ਕਰ ਲੈਨੇ ਆ ਪਰ ਜਿਉਂਦੇ ਜੀ ਕਦਰ ਨਹੀਂ ਕਰਦੇ ਪਹਿਲਾਂ ਅਸੀਂ ਵੇਖਿਆ ਦੀਪ ਸਿੱਧੂ ਸਿੱਧੂ ਮੂਸੇਵਾਲਾ ਤੇ ਹੋਰ ਕਿੰਨੇ ਸ਼ਖਸ਼ ਹੋਏ ਦੁਨੀਆ ਤੇ ਆਏ ਚਲੇ ਗਏ ਜਿਉਂਦੇ ਜੀ ਅਸੀਂ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਬਾਅਦ ਵਿੱਚ ਜਦੋਂ ਉਹ ਇਸ ਸੰਸਾਰ ਤੋਂ ਚਲੇ ਗਏ ਫਿਰ ਅਸੀਂ ਬਰਸੀਆਂ ਮਨਾਉਣ ਜੋਗੇ ਰਹਿ ਜਾਂਦੇ ਆ ਜਿਸ ਤਰ੍ਹਾਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਸੋ ਇਸ ਕਰਕੇ ਮੈਂ ਥੋੜੀ ਜਿਹੀ ਬੇਨਤੀਆਂ ਤਾਂ ਕਰ ਰਿਹਾ ਉਸ ਬੰਦੇ ਦਾ ਜਨਮ ਦਿਨ ਹੈ ਤੇ ਉਹਨੇ ਮੈਸੇਜ ਪਤਾ ਕੀ ਦਿੱਤਾ ਜੀ ਡਿਬਰੂਗੜ੍ਹ ਜੇਲ੍ਹ ਚੋਂ ਉਹਨੇ ਮੈਸੇਜ ਭੇਜਿਆ ਕਹਿੰਦਾ ਨੌਜਵਾਨ ਨਸ਼ਾ ਛੱਡਣ ਮੇਰਾ ਇਹ ਜਿਹੜਾ ਹੁਕਮ ਹੈ ਬੇਨਤੀ ਹੈ ਚਾਹੇ ਜਿਵੇਂ ਮਰਜ਼ੀ ਸਮਝ ਲੋ ਵੱਡਾ ਭਰਾ ਸਮਝ ਕੇ ਜਾਂ ਨਿੱਕਾ ਭਰਾ ਸਮਝ ਕੇ ਤੇ ਨਸ਼ੇ ਛੱਡੋ ਗੁਰੂ ਵਾਲੇ ਬਣੋ ਖਾਲਸਾ ਵਹੀਰ ਦਾ ਹਿੱਸਾ ਬਣੋ ਤੇ ਮੈਂ ਚਾਹੁੰਦਾ ਵੀ ਪੰਥ ਜਿਹੜਾ ਕਲਗੀਆਂ ਵਾਲੇ ਦਾ ਇਹ ਪੰਥ ਵਧੇ ਫੁੱਲੇ ਇਹਨਾਂ ਨੂੰ ਇਹ ਪਰਿਵਾਰ ਕਲਗੀਆਂ ਵਾਲੇ ਦਾ ਵਧੇ ਤੇ ਦੁਨੀਆ ਇਹ ਹਕੂਮਤ ਇਹ ਸਭ ਸੋਚਣ ਕਿ ਅਸੀਂ ਇੱਕ ਨੂੰ ਡੱਕਿਆ ਅਸੀਂ ਸੋਚਦੇ ਸੀ ਲਹਿਰ ਠੰਡੀ ਪੈ ਜਾਏਗੀ ਪ੍ਰਚਾਰ ਠੰਡਾ ਪੈ ਜਾਏਗਾ ਪਰ ਹਕੂਮਤ ਨੂੰ ਸੋਚਣ ਤੇ ਮਜਬੂਰ ਕਰਦੇ ਹੋ ਕਿ ਆਹ ਕੀ ਹੋਇਆ ਅਸੀਂ ਡੱਕਣ ਦੀ ਕੋਸ਼ਿਸ਼ ਕੀਤੀ ਅਤੇ ਧੂਣੇ ਵੱਧ ਗਏ ਮੀਰ ਮੰਨੂ ਦੀਆਂ ਜੇਲਾਂ ਦੇ ਵਿੱਚ ਜਿਸ ਤਰ੍ਹਾਂ ਮੀਰ ਮੰਨੂ ਵੱਡਦਾ ਸੀ ਅਸੀਂ ਜਿ ਆਪਾਂ ਪੜਦੇ ਹਾਂ ਨਾ ਜੀ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਏ ਹੋਏ ਭਾਵ ਜਿਉਂ-ਜਿਉਂ ਮੰਨੂ ਦੀ ਦਾਤਰੀ ਵੱਢਦੀ ਸੀ ਸਿੰਘ ਓਵੇਂ ਓਵੇਂ ਧੂਣੇ ਸਵਾਏ ਹੁੰਦੇ ਗਏ ਵੱਡੇ ਵੱਧੇ ਗਏ ਵੱਡੀ ਗਿਣਤੀ ਵਾਧੀ ਗਈ ਸੋ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਮੀਰ ਮੰਨੂ ਦੀਆਂ ਜੇਲਾਂ ਦੇ ਵਿੱਚ ਸਿੱਖਾਂ ਨੂੰ ਕੈਦ ਕੀਤਾ ਜਾਂਦਾ ਸੀ ਪਰ ਜਿਵੇਂ-ਜਿਵੇਂ ਉਹਨਾਂ ਨੂੰ ਹਕੂਮਤ ਨੇ ਕੋਸ਼ਿਸ਼ ਕੀਤੀ ਮਟਾਉਣ ਪਰ ਸਿੰਘ ਮੁੱਕੇ ਨਹੀਂ ਫਿਰ ਵੀ ਦੁੱਗਣੇ ਹੋ ਗਏ ਹਕੂਮਤ ਨੇ ਇਹੋ ਸੋਚਿਆ ਸੀ ਵੀ ਸ਼ਾਇਦ ਅਮਰਤ ਛਕਣਾ ਬੰਦ ਕਰ ਦੇਣਗੇ ਇਕੱਠ ਹੋਣੇ ਬੰਦ ਹੋ ਜਾਣਗੇ ਤੇ ਇਹ ਲੋਕ ਵਹੀਰਾਂ ਦੇ ਵਿੱਚ ਜਾਣਾ ਬੰਦ ਕਰ ਜਾਣਗੇ ਇੱਕ ਅਮਰਤਪਾਲ ਸਿੰਘ ਨੂੰ ਡੱਕ ਲਈਏ ਪਰ ਹਕੂਮਤ ਨੂੰ ਇਹ ਦੱਸ ਦਿਓ ਕਿ ਇੱਕ ਅਮਰਤਪਾਲ ਡੱਕ ਕੇ ਅਸੀਂ ਹਜ਼ਾਰਾਂ ਅਮਰਤਪਾਲ ਜਿਹੜੇ ਨੇ ਪੈਦਾ ਕਰ ਦਿੱਤੇ ਨੇ 18 ਜਨਵਰੀ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਹੈ ਉਹ ਜਨਮ ਦਿਹਾੜਾ ਪੂਰੀ ਕੌਮ ਮਨਾ ਰਹੀ ਹੈ ਅਸੀਂ ਵੀ ਮਨਾ ਰਹੇ ਆ ਸੋ ਪਿਆਰਿਓ ਪਾਠ ਕਰਿਏ ਨੌਜਵਾਨਾਂ ਨੂੰ ਪ੍ਰੇਰਿਏ ਖਾਲਸਾ ਵਹੀਰ ਦੇ ਨਾਲ ਜੋੜੀਏ ਸੋ ਬੰਦਾ ਸੋਚੋ ਜਿਹੜਾ ਅੱਜ ਵੀ ਜੇਲ੍ਹ ਦੇ ਵਿੱਚ ਬੈਠ ਕੇ ਆਪਣੇ ਜਨਮ ਦਿਨ ਤੇ ਕੌਮ ਨੂੰ ਸੰਦੇਸ਼ ਦੇ ਰਿਹਾ ਹੈ ਨੌਜਵਾਨਾਂ ਨੂੰ ਨਸ਼ੇ ਤੋਂ ਰੋਕ ਰਿਹਾ ਉਹ ਬੰਦਾ ਭਲਾ ਆਮ ਹੋ ਸਕਦਾ ਤੁਸੀਂ ਸੋਚੋ ਜਰਾ ਨਹੀਂ ਬੰਦਾ ਕਹਿੰਦਾ ਮੇਰੀ ਰਿਹਾਈ ਕਰਾਓ ਕੱਚਾ ਬਿੱਲਾ ਹੁੰਦਾ ਨਾ ਮੇਰੀ ਰਿਹਾਈ ਕਰਾਓ ਜੀ ਮੈਨੂੰ ਬਾਹਰ ਤੋਰੋ ਮੈਂ ਘਰੇ ਜਾਣਾ ਫਟਾਫਟ ਕਰੋ ਜੀ ਆਪਣੇ ਜਨਮ ਦਿਨ ਤੇ ਉਹ ਸਰਕਾਰ ਨੂੰ ਅਪੀਲ ਕਰਦਾ ਕੁਝ ਹੋਰ ਕਰਦਾ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਘਟਦਾ ਪਰ ਉਸ ਬੰਦੇ ਨੇ ਕੌਮ ਲਈ ਸੋਚਿਆ ਇਹ ਯਾਦ ਰੱਖਿਓ ਇਹੋ ਜਿਹੇ ਹੀਰੇ ਬਹੁਤ ਘੱਟ ਹੁੰਦੇ ਨੇ ਜਿਹੜੇ ਕੌਮ ਲਈ ਸੋਚਣ ਆਪਣੇ ਆਪ ਲਈ ਸੋਚਣ ਵਾਲੇ ਤੇ ਬੜੇ ਤੁਰੇ ਫਿਰਦੇ ਨੇ ਇਥੇ ਇਹ ਯਾਦ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ